ਹਾਂਜੀ ਅੱਜ ਆਪਾਂ ਗੱਲ ਕਰ ਰਹੇ ਆ ਭਾਈ ਰਣਜੀਤ ਸਿੰਘ ਜੀ ਦੀ 1 ਘੰਟਾ ਉਹਨਾਂ ਦੀ ਪੋਸਟ ਪਾਈ ਨੂੰ ਹੋਇਆ ਮੈਂ ਸੁਣ ਰਿਹਾ ਸੀ ਤੇ ਪਹਿਲਾਂ ਤੁਸੀਂ ਨਾ ਪੋਸਟ ਸੁਣੋ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਕੀ ਕਹਿ ਰਹੇ ਨੇ ਭਾਈ ਰਣਜੀਤ ਸਿੰਘ ਜੀ ਟੰਡਰੀਆਂ ਬਾਰੇ ਕਿਉਂਕਿ ਉਹਨਾਂ ਨੇ 1 ਘੰਟਾ ਹੋਇਆ ਪੋਸਟ ਪਾਈ ਨੂੰ ਧਿਆਨ ਨਾਲ ਸੁਣਿਓ ਤੇ ਸੁਣ ਕੇ ਆਪੋ ਆਪਣੇ ਕਮੈਂਟ ਜ਼ਰੂਰ ਲਿਖਿਓ ਕਿਉਂਕਿ ਜਿੰਨਾ ਚਿਰ ਤੁਸੀਂ ਕਮੈਂਟ ਨਹੀਂ ਲਿਖਦੇ ਤੁਹਾਡੇ ਵਿਚਾਰ ਹੋਣੇ ਤੁਹਾਡੇ ਵਿਚਾਰ ਭਾਈ ਰਣਜੀਤ ਸਿੰਘ ਤੱਕ ਜਾਣੇ ਦੁਨੀਆ ਦੇ ਵਿੱਚ ਜਾਣੇ ਇੱਕ ਤਾਂ ਮੈਂ ਬੋਲ ਰਿਹਾ ਦੂਜਾ ਤੁਸੀਂ ਆਪਣੇ ਕਮੈਂਟ ਲਿਖ ਰਹੇ ਹੋ ਆਪਣਾ ਫਰਜ਼ ਜਿਹੜਾ ਆ ਪੂਰਾ ਕਰੋ ਹਾਂ ਜਿਹੜੇ 2 4 5 7 ਇਧਰ ਉਧਰ ਦੀਆਂ ਮਾਰਦੇ ਆ ਉਹਨਾਂ ਦੀ ਬਾੜੀ ਪ੍ਰਵਾਹ ਨਾ ਕਰਿਆ ਕਰੋ ਜਦੋਂ ਗੁਰੂ ਨਾਨਕ ਸਾਹਿਬ ਦਾ ਟਾਈਮ ਸੀ ਨਾ ਪਤਾ ਨਹੀਂ ਕਿੰਨੇ ਆਉਂਦੇ ਸੀ ਐਂਗਾ ਕਰਦੇ ਆ ਗਏ ਤਾਂ ਪ੍ਰਵਾਹ ਨਾ ਕਰੋ ਇਹਨਾਂ ਦੀ ਕੋਈ ਪ੍ਰੋਬਲਮ ਨਹੀਂ ਭਾਈ ਰਣਜੀਤ ਸਿੰਘ ਕੀ ਕਹਿ ਰਿਹਾ ਸੁਣੋ ਧਿਆਨ ਦੇ ਨਾਲ ਪਹਿਲਾਂ ਸੁਣ ਲਓ ਇਹ ਗੱਲ ਕਰਦੇ ਆਪਾਂ ਠੀਕ ਹੈ ਜੀ ਆ ਸੁਣੋ ਧਿਆਨ ਦੇ ਨਾਲ ਮੈਂ ਸੁਣਾ ਰਿਹਾ ਤੈਨੂੰ ਐ ਆ ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ ਕੀ ਕਹਿ ਰਹੇ ਨੇ ਜੀ ਸੋਣਿਓ ਵਾਲ ਕੱਟਣਾ ਨਾਈ ਦਾ ਧਰਮ ਨਹੀਂ ਧੰਦਾ ਹੈ ਚਮੜਾ ਸਲਾਈ ਕਰਨਾ ਮੋਚੀ ਦਾ ਧਰਮ ਨਹੀਂ ਧੰਦਾ ਹੈ ਤੇ ਪੂਜਾ ਪਾਠ ਕਰਨੇ ਕਰਾਉਣੇ ਇਹ ਪੁਜਾਰੀਆਂ ਦਾ ਧਰਮ ਨਹੀਂ ਅਸਲ ਵਿੱਚ ਤੰਤਰ ਇੱਕ ਵਾਰੀ ਫੇਸ ਸੁਣਾ ਲਓ ਧਿਆਨ ਸੁਣ ਧਿਆਨ ਰੱਖਿਓ ਭਾਈ ਰਣਜੀਤ ਸਿੰਘ ਜੀ ਕਹਿ ਰਹੇ ਆ ਸਿਰਫ ਇਹਨਾਂ ਨੂੰ ਭਾਈ ਰਣਜੀਤ ਸਿੰਘ ਜੀ ਨੂੰ ਨਾਈ ਤਾਂ ਮੋਚੀ ਨਜ਼ਰ ਆਇਆ ਮੋਚੀ ਦਾ ਮਤਲਬ ਤੁਸੀਂ ਸਮਝਦੇ ਆ ਹੁਣ ਮੈਂ ਤੁਹਾਨੂੰ ਅੱਗੇ ਸੁਣਾਉਣਾ ਆ ਕਿਉਂਕਿ ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ ਦੀ ਜਿਹੜੀ ਅਵਸਥਾ ਆ ਮਾਈਂਡ ਦੀ ਦਿਮਾਗ ਦੀ ਮੈਂ ਅੱਗੇ ਚਾਹੁੰਦਾ ਸੀ ਕਿ ਭਾਈ ਰਣਜੀਤ ਸਿੰਘ ਜੀ ਹੁਣ ਬਖੜਾਉਣਗੇ ਬਖੜਾ ਗਏ ਨੇ ਧਿਆਨ ਕਰਿਓ ਕੀ ਕਹਿੰਦੇ ਅੱਗੇ ਸੁਣਿਓ ਧਿਆਨ ਨਾਲ ਵਾਲ ਕੱਟਣਾ ਨਾਈ ਦਾ ਧਰਮ ਨਹੀਂ ਤੰਦਾ ਹੈ ਚਮੜਾ ਸਲਾਈ ਕਰਨਾ ਮੋਚੀ ਦਾ ਧਰਮ ਨਹੀਂ ਤੰਦਾ ਹੈ ਤੇ ਪੂਜਾ ਪਾਠ ਕਰਨੇ ਕਰਾਉਣੇ ਇਹ ਪੁਜਾਰੀਆਂ ਦਾ ਧਰਮ ਨਹੀਂ ਅਸਲ ਵਿੱਚ ਤੰਦਾ ਹੈ ਹੁਣ ਧਿਆਨ ਨਾਲ ਸੁਣਿਓ ਭਾਈ ਰਣਜੀਤ ਸਿੰਘ ਜੀ ਇਹ ਗੱਲ ਕਹਿ ਰਹੇ ਆ ਕਿ ਨਾਈ ਦਾ ਨਾਈ ਜਿਹੜਾ ਨਾਈ ਦਾ ਜਿਹੜੇ ਨਾਈ ਵਾਲ ਕੱਟਦਾ ਉਹਦਾ ਧਰਮ ਨਹੀਂ ਉਹਦਾ ਧੰਦਾ ਆ ਧਿਆਨ ਕਰਿਓ ਮੈਂ ਤੁਹਾਨੂੰ ਦੱਸ ਰਿਹਾ ਕਿਉਂਕਿ ਮੈਂ ਬੰਦ ਕਰਦਣਾ ਸਤਸੰਗ ਜੀ ਦੀ ਨੋਟੀਫਿਕੇਸ਼ਨ ਦੂਜੀ ਆਵਾਜ਼ ਆ ਰਹੀ ਈ ਨਾਈ ਆਪਣੀ ਕਿਰਤ ਕਰ ਰਿਆ ਧਿਆਨ ਕਰਿਓ ਨਾਈ ਆਪਣੀ ਕਿਰਤ ਕਰ ਰਿਆ ਕਿਰਤ ਕਰਨ ਤੋਂ ਬਾਅਦ ਕਿਰਤ ਕਰਨ ਤੋਂ ਬਾਅਦ ਆਪਣੀ ਆਤਮਾ ਦਾ ਨਾਈ ਨੇ ਸੌਦਾ ਨਹੀਂ ਕੀਤਾ ਧੰਦਾ ਉਹਨੂੰ ਕਿਹਾ ਜਾਂਦਾ ਜਿਹੜਾ ਆਪਣੀ ਆਤਮਾ ਵੇਚਦਾ ਧੰਦਾ ਉਹ ਇਨਸਾਨ ਕਰਦਾ ਜਿਹੜਾ ਆਪਣੀ ਆਤਮਾ ਨੂੰ ਵੇਚ ਕੇ ਲੋਕਾਂ ਦੇ ਜੇਬੀ ਚੋਂ ਨੋਟ ਕੱਢਦਾ ਉਹ ਧੰਦਾ ਕਰਦਾ ਨਾਈ ਆਪਣੀ ਕਿਰਤ ਕਰਕੇ ਧਿਆਨ ਸੁਣ ਧਿਆਨ ਨਾਲ ਗੱਲ ਸੁਣ ਲਓ ਆ ਜਿਹੜੇ ਨਾ ਹੁਣ ਆ ਗਈ ਨਾਈ ਦੀ ਗੱਲ ਇਹਨਾਂ ਨੇ ਕੀਤੀ ਵੀ ਨਾਈ ਧੰਦਾ ਕਰਦਾ ਨਾਈ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਟੰਡਰੀਆਂ ਵਾਲਿਓ ਤੁਹਾਨੂੰ ਭੁਲੇਖਾ ਲੱਗ ਗਿਆ ਨਾਈ ਕਿਰਤ ਕਰਦਾ ਧੰਦਾ ਨਹੀਂ ਕਰਦਾ ਸਤਗੁਰ ਸੈਨ ਮਹਾਰਾਜ ਜੀ ਆਪਣੀ ਕੀ ਕਰਦੇ ਸੀ ਕਿਰਤ ਕਰਦੇ ਸੀ ਸਨੇਹੇ ਦਿੰਦੇ ਸੀ ਜੇ ਅੱਜ ਸਨੇਹਾ ਵਾਲਾ ਸਿਸਟਮ ਦੇਖਣਾ ਹੋਵੇ ਜਿਹੜਾ ਲਾ ਪੋਸਟ ਆ ਲਾ ਪੋਸਟ ਉਹ ਸਨੇਹੇ ਪਹੁੰਚਾਉਂਦਾ ਲਾ ਪੋਸਟ ਦੇ ਮਾਲਕ ਨਾਈ ਹੋਣੇ ਚਾਹੀਦੇ ਸੀ ਪਰ ਅੱਜ ਲਾ ਪੋਸਟ ਦੇ ਮਾਲਕ ਕੌਣ ਆ ਠਾਡੇ ਵਰਗੇ ਪੁਜਾਰੀ ਠਾਡੇ ਵਰਗੇ ਬ੍ਰਾਹਮਣ ਭਾਈ ਸਾਹਿਬ ਸ਼ਾਇਦ ਤੁਹਾਨੂੰ ਧੰਦੇ ਬਾਰੇ ਜਾਂ ਕਿਰਤ ਬਾਰੇ ਮੈਨੂੰ ਲੱਗਦਾ ਤੁਸੀਂ ਗੁਰੂ ਗ੍ਰੰਥ ਸਾਹਿਬ ਚੋਂ ਪੜਿਆ ਹੀ ਨਹੀਂ ਨਾ ਤੁਸੀਂ ਕਿਰਤ ਦਾ ਕਨਸੈਪਟ ਪੜਿਆ ਗੁਰੂ ਗ੍ਰੰਥ ਸਾਹਿਬ ਚੋਂ ਨਾ ਤੁਸੀਂ ਧੰਦੇ ਦਾ ਪੜਿਆ ਇੱਕ ਵਾਰੀ ਧਿਆਨ ਦੇ ਨਾਲ ਬੋਲਣ ਤੋਂ ਪਹਿਲਾਂ ਪੜ ਲਿਓ ਅੰਦਰੋਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਿਰਤ ਕੀਆ ਤੇ ਧੰਦਾ ਕੀਆ ਦੂਜਾ ਤੁਸੀਂ ਕਿਹਾ ਵੀ ਜਿਹੜਾ ਮੋਚੀ ਆ ਮੋਚੀ ਮੋਚੀ ਦਾ ਕੰਮ ਕਰਦਾ ਜੋੜਿਆਂ ਦਾ ਕੰਮ ਕਰਦਾ ਉਹ ਧੰਦਾ ਕਰਦਾ ਤੁਸੀਂ ਦੂਜੀ ਗੱਲ ਕਹੀ ਹੈ ਦੋ ਗੱਲਾਂ ਤੁਹਾਡੀਆਂ ਝੂਠੀਆਂ ਤੀਜੀ ਗੱਲ ਤੁਹਾਡੀ ਸੱਚੀ ਕਿ ਪੁਜਾਰੀ ਧੰਦਾ ਕਰਦਾ ਇਹ ਗੱਲ ਸੱਚੀ ਆ ਦੋ ਗੱਲਾਂ ਮੈਂ ਤੁਹਾਨੂੰ ਸਵਾਲ ਕਰਦਾ ਭਾਈ ਰਣਜੀਤ ਸਿੰਘ ਜੀ ਤੁਸੀਂ ਮੋਚੀ ਨੂੰ ਹੀ ਕਿਉਂ ਟਾਰਗੇਟ ਕੀਤਾ ਮੇਰਾ ਸਵਾਲ ਹੈ ਤੁਹਾਨੂੰ ਤੁਸੀਂ ਨਾਈ ਨੂੰ ਕਿਉਂ ਟਾਰਗੇਟ ਕੀਤਾ ਪਤਾ ਵੀ ਨਾਈ ਬੋਲਦੇ ਕੋਈ ਨਹੀਂ ਆ ਮੋਚੀ ਬੋਲਦਾ ਆ ਇਹਨੂੰ ਟਾਰਗੇਟ ਕਰਦੇ ਹੋ ਸ਼ੈਦ ਭਾਈ ਰਣਜੀਤ ਸਿੰਘ ਜੀ ਆਪ ਜੀ ਨੂੰ ਧੰਦੇ ਦਾ ਤੇ ਕਿਰਤ ਦਾ ਫਰਕ ਨਹੀਂ ਲੱਗਦਾ ਕਿਉਂਕਿ ਤੁਸੀਂ ਕਿਰਤ ਕੀਤੀ ਕਦੀ ਨਹੀਂ ਪਹਿਲਾਂ ਤੁਸੀਂ ਡੇਰਿਆਂ 'ਚ ਪਲੇ ਡੇਰਿਆਂ ਪਲਣ ਤੋਂ ਬਾਅਦ ਫਿਰ ਤੁਸੀਂ ਅਜਿਹੀ ਜਗ੍ਹਾ ਅਜਿਹੀ ਕਰਨ ਤੋਂ ਬਾਅਦ ਹੁਣ ਤੁਸੀਂ ਬ੍ਰਹਮ ਗਿਆਨੀ ਹੋ ਗਏ ਇੱਕ ਵਾਰੀ ਫੇਸੋਂਡਾ ਭਾਈ ਰਣਜੀਤ ਸਿੰਘ ਜੀ ਨੂੰ ਕੀ ਕਹਿੰਦਾ ਵਾਲ ਕੱਟਣਾ ਨਾਈ ਦਾ ਧਰਮ ਨਹੀਂ ਧੰਦਾ ਹੈ ਚਮੜਾ ਸਲਾਈ ਕਰਨਾ ਮੋਤੀ ਦਾ ਧਰਮ ਨਹੀਂ ਧੰਦਾ ਹੈ ਤੇ ਪੂਜਾ ਪਾਠ ਕਰਨੇ ਕਰਾਉਣੇ ਇਹ ਪੁਜਾਰੀਆਂ ਦਾ ਧਰਮ ਨਹੀਂ ਅਸਲ ਵਿੱਚ ਤੰਦਾ ਆ ਇਪਾ ਈਰਨਦੀ ਸਿੰਘ ਜੀ ਟੰਡਰੀਆਲਿਓ ਮੋਚਾ ਆ ਹਨਾ ਮੋਚੀ ਸਲਾਈ ਕਰ ਰਿਹਾ ਆ ਆਪਣੀ ਕਿਰਤ ਕਰਕੇ ਕਿਰਤ ਕਰਕੇ ਫਿਰ ਉਹ ਆਪਣੀ ਆਤਮਾ ਨੂੰ ਕਿਸੇ ਦੇ ਸਾਹਮਣੇ ਵੇਚਦਾ ਨਹੀਂ ਕਿਉਂਕਿ ਉਹਦਾ ਆਪਣਾ ਰਾਜ ਹੁੰਦਾ ਜਿਹੜੇ ਜਿਹੜੇ ਲੋਕ ਕਿਰਤ ਕਰਦੇ ਨੇ ਜਿਹੜੇ ਲੋਕ ਕਿਰਤੀ ਨੇ ਉਹਨਾਂ ਦਾ ਆਪਣਾ ਰਾਜ ਹੈ ਤਦ ਹੀ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਜ ਆ ਅੱਛਾ ਭਾਈ ਰਣਜੀਤ ਸਿੰਘ ਜੀ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਕਿ ਤੁਹਾਨੂੰ ਇਹ ਮੋਚੀ ਕਿਉਂ ਦਿਸਿਆ ਗੁਰੂ ਨਾਨਕ ਸਾਹਿਬ ਵੀ ਤਾਂ ਹੱਲ ਚਲਾਉਂਦੇ ਸੀ ਸਤਗੁਰ ਧੰਨਾ ਮਹਾਰਾਜ ਜੀ ਤਾਂ ਹੱਲ ਚਲਾਉਂਦੇ ਸੀ ਅਰਮਾਨੰਦ ਜੀ ਅੰਦਰ ਹੈਗੇ ਬਾਣੀ ਦੇ ਦਰਜ ਸਦਨਾ ਜੀ ਮੀਟ ਕੱਟਦੇ ਸੀ ਤੈਨੂੰ ਮੋਚੀ ਕਿਉਂ ਦੱਸਿਆ ਕਿਤੇ ਮੋਚੀ ਥਾਡੇ ਧੰਦੇ ਤੇ ਕੈਮਰਾਂ ਤਾਂ ਨਹੀਂ ਲਾਤਾ ਮੋਚੀ ਨੇ ਇਦਾਂ ਕਰਕੇ ਐਦਾਂ ਤਾਂ ਨਹੀਂ ਲੱਗ ਰਿਹਾ ਤੈਨੂੰ ਭਾਇਰਨਜੀਤ ਸਿੰਘ ਜੀ ਕਿਉਂਕਿ ਤੁਸੀਂ ਪੁਜਾਰੀ ਹੋਣ ਦਾ ਸਬੂਤ ਦੇ ਰਹੇ ਹੋ ਹੁਣ ਮੈਨੂੰ ਪਤਾ ਸੀ ਕਿ ਤੁਸੀਂ ਇਹ ਕੰਮ ਕਰਨਾ ਆ ਮੈਂ ਵੇਟ ਕਰਦਾ ਸੀ ਇਸ ਗੱਲ ਦੀ ਵੀ ਆ ਗਿਆ ਮੈਸੇਜ ਠੀਕ ਹੈ ਨਾ ਕਿਉਂਕਿ ਤੁਸੀਂ ਪੁਜਾਰੀ ਹੋ ਲੇਕਿਨ ਕਰਤੀ ਲੋਗ ਮੋਚੀ ਜੋੜੇ ਨੂੰ ਟੰਕਾ ਲਾ ਰਿਆ ਪੁਜਾਰੀ ਨਹੀਂ ਉਹ ਉਹ ਆਪਣੀ ਮਿਹਨਤ ਦੇ ਨਾਲ ਕਿਰਤ ਕਰ ਰਿਆ ਤੁਸੀਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉੱਤੇ ਧੰਦਾ ਕਰਦੇ ਹੋ ਮੈਂ ਸ਼ਰਿਆਮ ਕਹ ਰਿਹਾ ਤੁਹਾਨੂੰ ਤੁਸੀਂ ਆਪਣੀ ਆਤਮਾ ਵੇਚਦੇ ਹੋ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਲਿਖਿਆ ਤੁਸੀਂ ਦੱਸ ਨਹੀਂ ਰਹੇ ਤੁਸੀਂ ਨਾਈ ਦੇ ਕੰਮ ਨੂੰ ਧੰਦਾ ਕਿਆ मोची ਦੇ ਕੰਮ ਨੂੰ ਧੰਦਾ ਕਿਆ ਮੈਂ ਅੱਜ ਤੱਕ ਪੰਜਾਬ ਦੇ ਵਿੱਚ ਇਹ ਗੱਲਾਂ ਨਹੀਂ ਸੁਣੀਆਂ ਹਾਂ ਇਹ ਗੱਲ ਜਰੂਰ ਸੁਣੀ ਆ ਜਦੋਂ ਆਪਾਂ ਕਿਸੇ ਨੂੰ ਕਹਿੰਦੇ ਸੀ ਜਿਹੜੀਆਂ ਸਾਡੀਆਂ ਭੈਣਾਂ ਧੀਆਂ ਭੈਣਾਂ ਦੂਜੇ ਦੇ ਘਰ ਜਾਂਦੀਆਂ ਕਿੱਦਾਂ ਭੈਣੇ ਕੰਮ ਕਾਰ ਨਿਬੇੜ ਲਿਆ ਆ ਤਾਂ ਘਰ ਸੁਣੀ ਸੀ ਪਰ ਹਾਂ ਇਹ ਵੀ ਕਹਿੰਦੀਆਂ ਨੇ ਕੰਮ ਤੇ ਧੰਦਾ ਨਿਬੇੜ ਲਿਆ ਭਾਈ ਰਣਜੀਤ ਸਿੰਘ ਜੀ ਬ੍ਰਹਮ ਗਿਆਨੀ ਹੋ ਪਤਾ ਨਹੀਂ ਲੱਗਾ ਸੀ ਤੁਹਾਨੂੰ ਕਿ 모ਚੀ ਜੋੜਾ ਜੋੜੇ ਨੂੰ ਟਾਂਕਾ ਲਾਉਣ ਵਾਲੇ ਨੂੰ ਤੁਸੀਂ ਧੰਦਾ ਕਰਨ ਵਾਲਾ ਕਹੀ ਜਾਂਦੇ ਹੋ ਇਹਦਾ ਮਤਲਬ ਜੇ ਮੋਚੀ ਟੰਕਾ ਲਾ ਰਿਹਾ ਮੋਚੀ ਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਬੈਠਾ ਤੇ ਗੁਰੂ ਨਾਨਕ ਹਾਲ ਚਲਾ ਰਿਹਾ ਐਦਾਂ ਤਾਂ ਨਹੀਂ ਕਿਤੇ ਤੁਹਾਡਾ ਦਿਮਾਗ ਜਿਹੜਾ ਆ ਤੇਰੀ ਗੰਦਗੀ ਇਹ ਨਾ ਦਿਮਾਗ ਦੀ ਦਿਸ ਰਹੀ ਆ ਇਹਨੂੰ ਐਦਾਂ ਕਰਕੇ ਦਿਸ ਰਹੀ ਆ ਮੈਨੂੰ ਦਿਮਾਗ ਮੇਰਾ ਕੰਮ ਕਰਦਾ ਆ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆ ਜਿਨ੍ਹਾਂ ਨੇ ਸਿਰ ਤੇ ਚੱਕਿਆ ਹੋਇਆ ਭਾਈ ਰਣਜੀਤ ਸਿੰਘ ਜੀ ਭਾਈ ਰਣਜੀਤ ਸਿੰਘ ਜੀ ਹੱਥ ਜੋੜ ਕੇ ਬੇਨਤੀ ਕਰਦਾ ਮੋਚੀਓ ਚੂੜੇ ਚ ਮਾਰੋ ਧਿਆਨ ਕਰੋ ਜਰਾਕ ਆਪਣਾ ਦਿਮਾਗ ਖੋਲੋ ਛੜ ਜਾ ਹੋਈ ਹੈ ਨਾ ਤਕਲੀਫ ਕਿਉਂਕਿ ਪਤਾ ਆ ਕਿ ਮਿਰਤੇ ਮੋਚੀ ਨੇ ਸਵਾਲ ਕੀਤਾ ਮੋਚੀ ਨੂੰ ਹੀ ਜਵਾਬ ਦੇਵਾਂਗੇ ਦੇਖੀ ਕਿਤੇ ਸਮਝ ਲੱਗੀ ਤੈਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਜਿਹੜੇ ਕਿਰਤਿਆ ਕਿਰਤ ਧੰਦਾ ਨਹੀਂ ਹੁੰਦਾ ਜਿਹੜੀ ਝੇੜਾ ਲੋਕ ਆਤਮਾ ਵੇਚਦੇ ਨੇ ਉਹ ਉਹ ਧੰਦਾ ਕਿਹਾ ਜਾਂਦਾ ਉਹਨਾਂ ਨੂੰ ਕਿਉਂਕਿ ਉਹ ਰੱਬ ਦੀ ਬਣਾਈ ਹੋਈ ਆਤਮਾ ਦੇ ਨਾਲ ਵਿਸ਼ਵਾਸ ਘਾਤ ਕਰਦੇ ਆ ਤੈਨੂੰ ਕਿਰਤ ਤੈਨੂੰ ਬਾਰ-ਬਾਰ ਸਹਿਬੀ ਗੁਰੂ ਗ੍ਰੰਥ ਸਾਹਿਬ ਜੀ ਕਿਰਤ ਲਿਖਿਆ ਹੋਇਆ ਵੇ ਕਿਰਤੀਆਂ ਦੇ ਬਾਣੀ ਲਿਖੀ ਤੂੰ ਧੰਦਾ ਦੱਸਣ ੜਿਆ ਯਾਰ ਪੁਜਾਰੀ ਧੰਦਾ ਕਰ ਸਕਦਾ ਆ ਕਿਉਂਕਿ ਧਰਮ ਦੇ ਨਾਮ ਦੇ ਉੱਤੇ ਧੰਦਾ ਕਰਦਾ ਸੁਣੀ ਧਿਆਨ ਦੇ ਨਾਲ ਧੱਦਾ ਧਰਮ ਧੱਦਾ ਉੱਤੇ ਡਿੱਪੀ ਦੱਦੇ ਨੂੰ ਕੰਨਾ ਧੰਦਾ ਕਿਉਂਕਿ ਧਰਮ ਆਤਮਾ ਤੇ ਹੁੰਦਾ ਜਿਹੜਾ ਕਿਰਤ ਕਰ ਲਿੰਦਾ ਉਹ ਕਦੀ ਧੰਦਾ ਨਹੀਂ ਕਰਦਾ ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲਿਓ ਤੁਹਾਨੂੰ ਕਿਰਤੀਆਂ ਦਾ ਤੇ ਤੁਹਾਨੂੰ ਧੰਦਾ ਕਰਨ ਵਾਲਿਆਂ ਦਾ ਪਤਾ ਨਹੀਂ ਲੱਗਾ ਅਜੇ ਤੱਕ ਇੱਕ ਵਾਰੀ ਫੇਰ ਸੁਣ ਲਓ ਬਾਲ ਕੱਟਣਾ ਨਾਈ ਦਾ ਧਰਮ ਨਹੀਂ ਤੰਦਾ ਹੈ ਜੇ 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 ਹੁਣ ਨਾਈ ਸੁਣ ਲੈਣ ਬਈ ਬਾਲ ਕੱਟਣ ਵਾਲਿਆਂ ਨੂੰ ਬਾਲ ਕੱਟਣ ਵਾਲਿਆਂ ਨਾਈਆਂ ਨੂੰ ਇਹ ਤੰਦਾ ਦੱਸਦਾ ਤੇ ਇਹ ਭਾਈ ਰਮਜੀਤ ਸਿੰਘ ਜੀ ਜਵਾਬ ਦੇ ਸਕਦੇ ਤੁਸੀਂ ਪਾਪਾ ਮੈਂ ਸ਼ਰਿਆਮ ਕਹਿੰਦਾ ਪੁਜਾਰੀ ਪੁਜਾਰੀ ਤੰਦਾ ਕਰਦਾ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਤੁਸੀਂ ਲੋਕਾਂ ਨੇ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਤੁਸੀਂ ਲੋਕਾਂ ਨੇ ਕਿਸੇ ਵੀ ਪੰਜਾਬ ਦੇ ਵਿੱਚ ਐਜੂਕੇਸ਼ਨ ਤੁਸੀਂ ਪੜ੍ਹਾਈ ਨਹੀਂ ਦਿੱਤੀ ਭਾਈ ਰਣਜੀਤ ਸਿੰਘ ਜੀ ਪਹਿਲਾਂ ਤਾਂ 12000 1200 ਕਰੋੜ ਦਾ ਬਜਟ ਸਰਉਣੀ ਕਮੇਟੀ ਦਾ ਦੂਜਾ ਤੁਸੀਂ ਕਦੀ ਦੱਸਿਆ ਨਹੀਂ ਤੁਹਾਡਾ ਕਿੰਨਾ ਬਜਟ ਆ ਦੱਸਿਆ ਨਹੀਂ ਕਦੀ ਸਾਲਵਾ ਤੁਸੀਂ ਵੀ ਕਰਦਿਆ ਕਰੋ ਕਿ ਗਵਰਨਮੈਂਟ ਨਾਲ ਉਹਦੇ ਸਿੱਧੀਆਂ ਸਾਂਝਾਂ ਨੇ ਪੁੱਛਦੇ ਨਹੀਂ ਤੁਹਾਨੂੰ ਟੈਕਸ ਬਾਰੇ ਇਕਸਟਾ ਦਾ ਮਾਫਦਾ ਨਹੀਂ ਕੀਤਾ ਆ ਸੁਣੋ ਮੜਾ ਸਲਾਈ ਕਰਨਾ ਮੋਚੀ ਦਾ ਧਰਮ ਨਹੀਂ ਹਾਏ ਹਾਏ ਤੰਦਾ ਹੈ ਤੇ ਪੂਜਾ ਪਾਠ ਕਰਨੇ ਕਰਾਉਣੇ ਇਹ ਪੁਜਾਰੀਆਂ ਦਾ ਧਰਮ ਨਹੀਂ ਅਸਲ ਵਿੱਚ ਤੰਦਾ ਹੈ ਇਹਨਾਂ ਨੂੰ ਇਹਨਾਂ ਨੂੰ ਇਹਨੂੰ ਇਹ ਨਹੀਂ ਪਤਾ ਲੱਗਾ ਕਿ ਕਰਤੀ ਲੋਕ ਕਰਤੀ ਲੋਗ ਤੰਦਾ ਨਹੀਂ ਕਰਦੇ ਭਾਈ ਰਣਜੀਤ ਸਿੰਘ ਜੀ ਕਿਰਤੀ ਲੋਕ ਕਿਰਤ ਕਰਕੇ ਜਿਹੜੇ ਧੰਦਾ ਕਰਨ ਵਾਲੇ ਆ ਉਹਨਾਂ ਦੀ ਆਈ ਹੋਈ ਗੱਲ ਦੇ ਗੱਲ ਦਾ ਜਵਾਬ ਦਿੰਦੇ ਨੇ ਚਪੇੜਾ ਮਾਰਦੇ ਨੇ ਮੂੰਹ ਤੇ ਕਸ-ਕਸ ਕੇ ਸੱਚ ਕਰਕੇ ਦੱਸਦੇ ਨੇ ਨਹੀਂ ਤਾਂ ਬ੍ਰਾਹਮਣ ਨੂੰ ਪੁੱਛ ਕੇ ਦੇਖ ਲਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਇਆ ਆ ਢਾਡੇ ਵਰਗੇ ਚਲਾਕ ਪੁਜਾਰੀਆਂ ਦੀ ਐਸੀ ਕੀ ਤੈਸੀ ਫੇਰਿਆ ਹੋਇਆ ਆ ਤੈਨੂੰ ਪਤਾ ਨਹੀਂ ਲੱਗਾ ਕਿਰਤਕੀਆ ਤੇ ਧੰਦਾ ਕੀ ਆ ਪਤਾ ਨਹੀਂ ਲੱਗਾ ਤੈਨੂੰ ਅੱਛਾ ਨਾਲੇ ਤੈਨੂੰ ਮੈਂ ਫੇਰ ਪੁੱਛਦਾ ਤੈਨੂੰ ਦੁਬਾਰਾ ਵੀ ਤੈਨੂੰ ਮੋਚੀ ਹੀ ਕਿਉਂ ਦੱਸਿਆ ਕੀ ਓਕੇ ਭਾਈ ਰਣਜੀਤ ਸਿੰਘ ਜੀ ਤੈਨੂੰ ਪਤਾ ਆ ਮੇਰੇ ਮੈਂ ਤੈਨੂੰ ਪਤਾ ਨਹੀਂ ਮੈਂ ਦੱਸਿਆ ਹੋਇਆ ਆ ਕਿ ਮੇਰਾ ਬਾਬਾ ਚਮ ਰੰਗਦਾ ਸੀ ਹਾਂ ਚਮ ਨੂੰ ਤਿਆਰ ਕਰਦਾ ਸੀ ਚਮੜੇ ਨੂੰ ਮੈਂ ਦੱਸਿਆ ਹੋਇਆ ਸਾਰੀਆਂ ਗੱਲਾਂ ਕਿਉਂਕਿ ਮੈਂ 40 ਸ਼ਬਦਾਂ ਦੀ ਗੱਲ ਠੋਕ ਕੇ ਕਰਦਾ 40 ਸ਼ਬਦ ਮੀਨਿੰਗ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮੂਲ ਆ 40 ਸ਼ਬਦ 40 ਸ਼ਬਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 1430 ਅੰਕ 40 ਸ਼ਬਦਾਂ ਚ ਰਚੇ ਹੋਏ ਆ ਹਾਂ ਯਾਦ ਰੱਖੀ ਤੂੰ ਇਸ ਕਰਕੇ ਮੋਚੀ ਟੰਕਾ ਲਾਉਂਦਾ ਉਹਦਾ ਠੰਡਾ ਆ ਪਾਈ ਸਾ ਨਾਈ ਬਾੜ ਕੱਟਦਾ ਉਹਦਾ ਠੰਡਾ ਆ ਅਸੀਂ ਕੀ ਕਰਦੇ ਹਾਂ ਇੰਸਟਾਗ੍ਰਾਮ ਤੇ ਰੀਲ ਬਣਾਉਂਦੇ ਹਾਂ ਇਹ ਧੰਦਾ ਸੁਣੋ ਭਾਈ ਸਾਹਿਬ ਅਸੀਂ ਅਸੀਂ ਮੋਚੀ ਮੋਚੀ ਸੌਣ ਤੇ ਆਂਦੇ ਨਾਲ ਜੋੜੇ ਗੰਡਣ ਵਾਲੇ ਲੋਕ ਚਮੜਾ ਚੱਕਣ ਵਾਲੇ ਲੋਕ ਜੋੜੇ ਗੰਡਣ ਵਾਲੇ ਲੋਕ ਚਮੜਾ ਚੱਕਣ ਵਾਲੇ ਲੋਕ ਕੱਪੜੇ ਰੰਗਣ ਵਾਲੇ ਲੋਕ ਖੱਦਰ ਬੰਨਣ ਵਾਲੇ ਲੋਕ ਜੁਲਾਹੇ ਅਸੀਂ ਧੰਦਾ ਨਹੀਂ ਕਰਦੇ ਕਿਰਤ ਕਰਦੇ ਹਾਂ ਤੁਸੀਂ ਧੰਦਾ ਕਰਕੇ ਵੱਡੀਆਂ ਵੱਡੀਆਂ ਗੱਡੀਆਂ ਝੂਟਦੇ ਹੋ ਭਾਈ ਰਣਜੀਤ ਸਿੰਘ ਜੀ ਬੋਲੋ ਜੀ ਵਾਹਿਗੁਰੂ ਜਪਾਦੇ ਅੱਜ ਜਾ ਕੇ ਸ਼ਾਮ ਨੂੰ ਬਹੁਤ ਜ਼ਰੂਰੀ ਕਿੱਥੇ ਅਮਰੀਕਾ ਪਹੁੰਚ ਗਿਆ ਬਹੁਤ ਬਹੁਤ ਤੇਰਾ ਧੰਨਵਾਦ ਇਹ ਭਾਈ ਸਾਹਿਬ ਤੁਸੀਂ ਮੈਨੂੰ ਪਤਾ ਸੀ ਬੁਖਲਾਟ ਕਰਨੀ ਤੁਸੀਂ ਹੁਣ ਆ ਦੇਖੋ ਸੁਣੋ ਇੱਕ ਗਾ ਜੀ ਆਹਹ ਨਾ ਨਾਈ ਦਾ ਧਰਮ ਨਹੀਂ ਧੰਦਾ ਹੈ ਇਹ ਬ੍ਰਹਮ ਗਿਆਨੀ ਆ ਜੀ ਇਹਨੂੰ ਇਹਨੂੰ ਕਿਰਤ ਕੀਰਤ ਦਾ ਤੇ ਤਾਂ ਦੇ ਦੇ ਚ ਫਰਕ ਨਹੀਂ ਪਤਾ ਅਜੇ ਆਪਣੇ ਆਪ ਨੂੰ ਬ੍ਰਹਮ ਗਿਆਨੀ ਕਹਾਉਂਦੇ ਆ ਅਰਥ ਕਰਨ ਲੱਗੇ ਆਪਣੇ ਆਪ ਨੂੰ ਬ੍ਰਹਮ ਗਿਆਨੀ ਕਹਾਉਂਦੇ ਏ ਇਹਨੂੰ ਧੰਦੇ ਦਾ ਧੰਦੇ ਦਾ ਤੇ ਕਿਰਤ ਦਾ ਇਹਨੂੰ ਪਤਾ ਹੀ ਨਹੀਂ ਅਜੇ ਤੱਕ ਵੇ ਧੰਦਾ ਕੀ ਆ ਤੇ ਕਿਰਤ ਕੀ ਆ ਕੰਮ ਧੰਦਾ ਨਵੇੜ ਆਇਓ ਦੱਸ ਦਿਆਂਗੇ ਕਿਸੇ ਦਾ ਧੰਦੇ ਦਾ ਅਰਥ ਦੱਸ ਦਿਆਂਗੇ ਤੁਹਾਨੂੰ ਆ ਗਿਆਨੀ ਸਾਹਿਬ ਸੁਣੋ ਕੀ ਕਹਿੰਦੇ ਅੱਗੇ ਚਮੜਾ ਸਲਾਈ ਕਰਨਾ ਮੋਤੀ ਦਾ ਧਰਮ ਨਹੀਂ ਧੰਦਾ ਹੈ ਤੇ ਪੂਜਾ ਪਾਠ ਕਰਨੇ ਕਰਾਉਣੇ ਸੁਣੋ ਰਵਦਾਸੀਓ ਧਿਆਨ ਨਾਲ ਸੁਣੋ ਆ ਸੈਨ ਸੈਨ ਸਤਗੁਰ ਸੈਨ ਜੀ ਨੂੰ ਮੰਨਣ ਵਾਲੇ ਸੁਣੋ ਕਬੀਰ ਸਾਹਿਬ ਨੂੰ ਮੰਨਣ ਵਾਲੇ ਇਹਨੇ ਅੱਜ ਕੀ ਬਣਾਤਾ ਇਹ ਭਾਈ ਰਣਜੀਤ ਸਿੰਘ ਜੀ ਆ ਮੈਨੂੰ ਪਤਾ ਸੀ ਬੁਖਲਾਟ ਇਹਦੀ ਜਿਹੜੀ ਹੈ ਨਾ ਉਹ ਜਦੋਂ ਨਾ ਕਹਿੰਦੇ ਜਦੋਂ ਪੁਜਾਰੀ ਨੂੰ ਡਰ ਪਿਆ ਸੀ ਨਾ ਸਤਗੁਰ ਅਵਦਾਸ ਮਹਾਰਾਜ ਜੀ ਸਤਗੁਰ ਕਬੀਰ ਜੀ ਸਤਗੁਰ ਸਦਨਾ ਜੀ ਸਤਗੁਰ ਸੈਨ ਜੀ ਜਦੋਂ ਉਹ ਪੁਜਾਰੀ ਨੂੰ ਪਤਾ ਲੱਗਾ ਵੀ ਸਾਡੇ ਤਾਂ ਧਰਮ ਦੀਆਂ ਜੜ੍ਹਾਂ ਹਲਾ ਕੇ ਰੱਖ ਦਣਗੇ ਵੀ ਸਾਡਾ ਬਣਾਇਆ ਹੋਇਆ ਝੂਠ ਦਾ ਧਰਮ ਵਰਨਵੰਡ ਬਣਾਈ ਹੋਈ ਇਹਨਾਂ ਲੋਕਾਂ ਨੇ ਤਾਂ ਸਾਡੀ ਵਰਨਵੰਡ ਖਤਮ ਕਰ ਦੇਣੀ ਆ ਫਿਰ ਪੁਜਾਰੀ ਨੂੰ ਫਿਕਰ ਪੈ ਗਿਆ ਸੀ ਜਿੰਨੀਆਂ ਪੁਜਾਰੀ ਗਲਤੀਆਂ ਕਰਦਾ ਸੀਗਾ ਵੇਦਾਂ ਦੇ ਵਿੱਚੋਂ ਕਹਾਣੀਆਂ ਲੈ ਲੈ ਕੇ ਆਉਂਦਾ ਸੀ ਸਾਡੇ ਵੇਦ ਆ ਕਹਿੰਦੇ ਸਾਡੇ ਵੇਦ ਆ ਕਹਿੰਦੇ ਉਸੇ ਕਰਕੇ ਜਦੋਂ ਵੇਦਾਂ ਤੋਂ ਕਹਾਣੀਆਂ ਲੈ ਕੇ ਆਉਂਦਾ ਸੀ ਤਾਂ ਕਬੀਰ ਸਾਹਿਬ ਬੜੀ ਛੇਤੀ ਫੜਦੇ ਸੀ ਨਾਮਦੇਵ ਜੀ ਸਦਨਾ ਜੀ ਸੈਨ ਜੀ ਫੜ ਲੈਂਦੇ ਸੀ ਬ੍ਰਾਹਮਣ ਰੁਕ ਰੁਕ ਅਤੇਰੇ ਬੇਜ਼ ਜਿਹਨੇ ਲਿਖਿਆ ਆ ਕੀ ਲਿਖਿਆ ਅੰਦਰ ਕਦੀ ਜਿਹੜਾ ਰੱਬ ਆ ਰੱਬ ਬ੍ਰਹਮਾ ਤੂੰ ਕਹਿੰਦਾ ਬ੍ਰਹਮ ਦੁਨੀਆ ਬ੍ਰਹਮਾ ਨੇ ਬਣਾਈ ਐ ਇਹ ਤੁਹਾਡੇ ਪੁਜਾਰੀਵਾਦ ਆ ਭਾਈ ਰਣਜੀਤ ਸਿੰਘ ਜੀ ਤੁਹਾਨੂੰ ਕਿਰਤਦਾ ਤੇ ਧੰਦੇ ਦਾ ਫਰਕ ਤਾਂ ਨਹੀਂ ਪਤਾ ਅਜੇ ਤੱਕ ਤੁਸੀਂ ਤਾਂ ਬ੍ਰह्म ਗਿਆਨੀ ਹੋ ਤੁਹਾਨੂੰ ਲੱਖਾਂ ਲੋਕ ਸੁਣਦੇ ਨੇ ਵੀਰਿਆ ਕੀ ਹੋਇਆ ਐਡੀ ਛੇਤੀ ਯਾਦ ਭੁੱਲ ਗਈ ਅਜੇ ਤਾਂ ਸ਼ੁਰੂ ਹੋਇਆ ਕੰਮ ਅੱਜ ਤਾਂ ਮੈਂ ਟੱਡੀਆਂ ਜਿਹੜੀਆਂ ਜਿਹੜੀਆਂ ਪਿਛਲੀਆਂ ਨਹੀਂ ਬੋਲੀਆਂ ਹੋਈਆਂ ਉਹ ਅਸੀਂ ਇਕੱਲਾ ਹੀ ਬਾਹਰ ਆਉਣ ਕੀ ਸਾਨੂੰ ਕਿਸੇ ਦੀ ਜ਼ਰੂਰਤ ਨਹੀਂ ਅਰਦਾਸੀਓ ਧਿਆਨ ਨਾਲ ਸੁਣਿਓ ਰਗ ਇਹਦੀ ਇਹਦੀ ਮਨਸਾ ਜਿਹੜੀ ਹੈ ਨਾ ਜੀ ਸੋਚ ਆ ਬਾਹਰ ਆ ਗਈ ਆ ਹੁਣ ਇਹ ਦੱਸਾਂਗੇ ਅੱਗੇ ਕੀ ਕਰਨਾ ਚਾਹੁੰਦਾ ਔਰ ਇਹਦੀਆਂ ਜਿੰਨੀਆਂ ਪਿਛਲੀਆਂ ਵੀਡੀਓ ਧਿਆਨ ਕਰਿਓ ਜਿੰਨਾ ਵੀ ਬੋਲਿਆ ਹੋਇਆ ਮੈਂ ਉਹਦੇ ਵਿੱਚੋਂ ਚੱਕ-ਚੱਕ ਕੇ ਤੁਹਾਨੂੰ ਲਿਆ ਕੇ ਸੁਣਾਉਂਗਾ ਕਿ ਭਾਈ ਸਾਹਿਬ ਆਹ ਕਹਿੰਦੇ ਸੀ ਕਿਉਂਕਿ ਇਹਦੇ ਤੇ ਸਵਾਲ ਨਹੀਂ ਅਜੇ ਤੱਕ ਕੀਤਾ ਇਹ ਆਪਣੀਆਂ ਮਰਜ਼ੀਆਂ ਕਰਦਾ ਫਿਰਦਾ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਉੱਤੇ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਧੰਨ ਖਾਊਗਾ ਉਹ ਕੂੜਾ ਆ ਝੂਠ ਬੋਲ ਮੁਰਦਾਰ ਖਾਏ ਧੰਦਾ ਕਰਦੇ ਉਹ ਬਾਣੀ ਦੇ ਉੱਤੇ ਮੈਂ ਸ਼ਰਿਆਮ ਕਹੂੰਗਾ ਤੁਹਾਨੂੰ ਤੁਸੀਂ ਧੰਦਾ ਕਰਦੇ ਹੋ ਤੁਸੀਂ ਧੰਦੇ ਬਾਜ ਲੋਗ ਹੋ ਤੁਹਾਨੂੰ ਕਿਰਤੀ ਲੋਗ ਧੰਦੇ ਧੰਦੇ ਵਾਲੇ ਜੀ ਨੇ ਪੁਜਾਰੀ ਤੱਕ ਪੁਜਾਰੀ ਧੰਦਾ ਕਰਦਾ ਤੂੰ ਕਹਿ ਉਹਨੂੰ ਤੂੰ ਨਾਈ ਨੂੰ ਕਹੂੰਗਾ ਬਈ ਉਹਦਾ ਧੰਦਾ ਆ ਤੂੰ ਜੋੜਾ ਗੰਢਣਾ ਇਹਨੂੰ ਕਹੂੰਗਾ ਨਾ ਧੰਦਾ ਆ ਤੂੰ ਹੱਲ ਬਣਵਾਉਣ ਨੂੰ ਕਹੂੰਗਾ ਧੰਦਾ ਉਹਦਾ ਧੰਦੇ ਦਾ ਮਤਲਬ ਇਹ ਆਪਣੀ ਆਤਮਾ ਨੂੰ ਵੇਚਣਾ ਆਤਮਾ ਨੂੰ ਵੇਚ ਕੇ ਦੂਜਿਆਂ ਨਾਲ ਬੇਈਮਾਨੀ ਕਰਨੀ ਦੂਜਿਆਂ ਦੇ ਹੱਕ ਤੇ ਪੜਨਾ ਦੂਜੇ ਦੀ ਕਿਸਤ ਤੇ ਪੜਨਾ ਉਹਨੂੰ ਕਹਿੰਦੇ ਆ ਧੰਦਾ ਧਰਮ ਦੇ ਨਾਮ ਦੇ ਵਿੱਚ ਇਹ ਵਿਦ ਧਰਮ ਬਹਿਰੂਪੀਆ ਏ ਵਿਦ ਧਰਮ ਨਿਰੂਪੀਆ ਕਰਤਾ ਦਿਸੇ ਸਭ ਲੋਏ ਧਰਮ ਦੇ ਨਾਂ ਤੇ ਸ਼ਰਿਆਮ ਕਰਦੇ ਹੋ ਭਾਈ ਰਣਜੀਤ ਸਿੰਘ ਜੀ ਤੁਸੀਂ ਧੰਦਾ ਤਾਂ ਜੇ ਤੁਸੀਂ ਐਦਾਂ ਸੋਚਦੇ ਆਂ ਬਈ ਨਾ ਹੀ ਧੰਦਾ ਕਰਦਾ ਜਿਹੜੀਆਂ ਗੱਡੀਆਂ ਤੁਸੀਂ ਛੂਡਦੇ ਹੋ ਜਿਹੜੇ ਬੂਟ ਤੁਸੀਂ ਪਾਉਂਦੇ ਹੋ ਨਾ ਹੀ ਤਾਂ ਉਬਾ ਨਹੀਂ ਸਕਦਾ ਫਿਰ ਨਾ ਹੀ ਕਿਦਾਂ ਧੰਦਾ ਕਰਦਾ ਹੋਇਆ ਜਿਹੜੀਆਂ ਗੱਡੀਆਂ ਤੁਸੀਂ ਛੂਡਦੇ ਹੋ ਨਾ ਹੀ ਤਾਂ ਛੂਟ ਨਹੀਂ ਸਕਦਾ ਫੇ ਨਾਈ ਕੇ ਦਾ ਧੰਦਾ ਕਰਦਾ ਹੋਇਆ ਮੋਚੀ ਜੋੜੇ ਗੰਡਣ ਵਾਲਾ ਜਿਹੜੀ ਗੱਡੀ 'ਚ ਤੁਸੀਂ ਵਹਿੰਦੇ ਹੋ ਉਹ ਵਹਿ ਸਕਦਾ ਫੇ ਮੋਚੀ ਕੇ ਦਾ ਧੰਦਾ ਕਰਦਾ ਹੋਇਆ ਕਿਉਂਕਿ ਧੰਦਾ ਕਰਨ ਦਾ ਮਤਲਬ ਆ ਕਿ ਜਿਹੜਾ ਬਰਾਬਰ ਜਿਸ ਗੱਡੀ 'ਚ ਤੁਸੀਂ ਵਹਿੰਦੇ ਹੋ ਉਸੇ 'ਚ ਮੋਚੀ ਵਹਿੰਦਾ ਫੇ ਤਾਂ ਮੰਨ ਲੇਂਦੇ ਧੰਦਾ ਕਰਦਾ ਜਿਸ ਗੱਡੀ 'ਚ ਤੁਸੀਂ ਵਹਿੰਦੇ ਹੋ ਉਹਦੇ ਵਿੱਚ ਹੀ ਨਾਈ ਵਹਿੰਦਾ ਫੇ ਤਾਂ ਮੰਨ ਲੈਂਦੇ ਨਾਈ ਵੀ ਧੰਦਾ ਕਰਦਾ ਮੋਚੀ ਨੂੰ ਤਾਂ ਆਪਣੇ ਘਰ ਦਾ ਫਿਕਰ ਪਿਆ ਹੁੰਦਾ ਸਵਾਲ ਨੇ ਸਾਰੇ ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ ਸਵਾਲ ਨੇ ਤੁਹਾਡੇ ਤੇ ਕਿਉਂਕਿ ਤੁਸੀਂ ਗੁਰੂ ਦੇ ਸੇਕੋ ਗੁਰੂ ਦੇ ਨਾਮ ਤੇ ਤੁਸੀਂ ਧਨ ਇਕੱਠਾ ਕਰਦੇ ਹੋ ਆਪਣੀ ਮਰਜ਼ੀ ਨਾਲ ਫਿਰ ਉਹ ਯਾਸ਼ੀ ਮਾਰਦੇ ਹੋ ਜ਼ਿੰਦਗੀ ਦੇ ਸਾਨੂੰ ਪਤਾ ਆ ਇੱਥੇ ਜਿਹੜਾ ਮਨੁੱਖ ਆਇਆ ਇਸ ਧਰਤੀ ਤੇ ਉਹਦਾ ਕਰਮ ਕੀ ਆ ਅਸੀਂ ਤੁਹਾਡੇ ਵਰਗੇ ਪੁਜਾਰੀਆਂ ਤੋਂ ਨਹੀਂ ਸਿੱਖਿਆ ਅਸੀਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਸਿੱਖਿਆ ਠੀਕ ਆ ਧਿਆਨ ਕਰਿਓ ਕਰੀ ਫੇਰ ਸੁਣ ਲਾ ਜੀ ਮੈਂ ਬੋਲਣਾ ਨਹੀਂ ਸੀ ਪਰ ਇਹਨੇ ਜਦੋਂ ਨਾ ਮੋਚੀ ਨੂੰ ਤਾਂ ਨਾਈ ਨੂੰ ਟਾਰਗੇਟ ਕੀਤਾ ਇਸ ਬੰਦੇ ਦੀ ਧਿਆਨ ਕਰਿਓ ਇਸ ਬੰਦੇ ਆ ਕਹਿੰਦਾ ਨਾ ਬੰਦਾ ਮੈਂ ਤਾਂ ਜੀ ਬੜਾ ਜੀ ਬੜਾ ਗੁਰੂ ਦਾ ਸੇਖ ਆ ਹੁਣ ਪਤਾ ਲੱਗ ਗਿਆ ਤੁਹਾਨੂੰ ਕਿੱਡਾ ਗ ਸੇਖ ਆ ਏ ਪਤਾ ਲੱਗ ਗਿਆ ਜਾਤ ਪਾਤੋਂ ਕਿੰਨਾ ਉੱਪਰ ਆ ਏ ਪਤਾ ਲੱਗ ਗਿਆ ਤੁਹਾਨੂੰ ਨਾਈ ਤਾਂ ਮੋਚੀ ਕਿਉਂ ਦਸੇ ਕਿਸੇ ਬ੍ਰਾਹਮਣ ਦੀ ਧਾਰਨ ਕਿਉਂ ਲਈਏ ਨੇ ਕਿਉਂਕਿ ਇਹਨੂੰ ਪਤਾ ਆ ਕਿ ਮੇਰਾ ਜਿਹੜਾ ਮੇਰਾ ਪੰਗਾ ਆ ਹੁਣ ਮੋਚੀਆਂ ਨਾਲ ਤਾਂ ਨਾਈਆਂ ਨਾਲ ਪੈਣਾ ਇਹਨੂੰ ਪਤਾ ਆ ਔਰ ਨਾਈ ਹੀ ਮੋਚੀ ਤੇਰੀ ਵੀਡੀਓ ਨੂੰ ਸ਼ੇਅਰ ਸ਼ੇਅਰ ਕਰਦੇ ਨੇ ਠੀਕ ਹੈ ਜੀ ਸੁਣੋ ਧਿਆਨ ਨਾਲ ਕੀ ਕਹਿੰਦਾ ਏ ਇੱਕ ਵਾਰੀ ਇਹ ਪੁਜਾਰੀਆਂ ਦਾ ਧਰਮ ਨਹੀਂ ਅਸਲ ਵਿੱਚ ਧੰਦਾ ਹੈ ਵਾਲ ਕੱਟਣਾ ਨਾਈ ਦਾ ਧਰਮ ਨਹੀਂ ਧੰਦਾ ਹੈ ਚਮੜਾ ਸਲਾਈ ਕਰਨਾ ਮੋਚੀ ਦਾ ਧਰਮ ਨਹੀਂ ਧੰਦਾ ਹੈ ਤੇ ਪੂਜਾ ਪਾਠ ਕਰਨੇ ਕਰਾਉਣੇ ਇਹ ਪੁਜਾਰੀਆਂ ਦਾ ਧਰਮ ਨਹੀਂ ਅਸਲ ਵਿੱਚ ਤੰਤਾ ਭਾਈ ਰਣਜੀਤ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਨੇ ਕਦੋਂ ਐਦਾਂ ਕਿਹਾ ਸੀ ਵੇ ਤੁਸੀਂ ਮੇਰੀ ਬਾਣੀ ਤੇ ਪੂਜਾ ਕਰਾਉਣੀ ਆ ਦੱਸੋ ਮੈਨੂੰ ਕਿੱਥੇ ਲਿਖਿਆ ਅੰਦਰ ਕਦੋਂ ਕਿਹਾ ਸੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿ ਮੇਰੀ ਪੂਜਾ ਕਰਾ ਕੇ ਤੁਸੀਂ ਉਤੋਂ ਜਿਹੜਾ ਧਨ ਇਕੱਠਾ ਹੁੰਦਾ ਤੁਸੀਂ ਗੱਡੀਆਂ ਝੂਟਣੀਆਂ ਆਵਰਾਮ ਨਾਲ ਚੋੜੇ ਪਾਉਣੇ ਵੱਡੇ ਵੱਡੇ ਭਾਈ ਰਣਜੀਤ ਸਿੰਘ ਜੀ ਬਾਣੀ ਆ ਇਹ ਧਰ ਕੀ ਬਾਣੀ ਆਈ ਆ ਮੋਚੀ ਦੇ ਦਿਮਾਗ ਦੇ ਵਿੱਚੋਂ 35 ਅੱਖਰ ਆਏ ਹੋਏ ਆ ਭਲੇਖੇ ਜਨਾਂ ਨਹੀਂ ਕਿਤੇ ਹਾਂ ਭਲੇਖੇ ਜਨਾਂ ਨਹੀਂ ਅਸੀਂ ਬੜੇ ਢਾਡੇ ਆ ਜਦੋਂ ਗਾਲ ਵੀ ਕੱਢਦੇ ਨਾ ਚੂੜੇ ਚ ਮਾਰਾਂ ਨੂੰ ਇਕੱਠਿਆਂ ਨੂੰ ਕੱਢਦੇ ਆ ਇਹਦਾ ਕੋਈ ਕਾਰਨ ਆ ਜਦੋਂ ਗਾਲ ਵੀ ਕਰਦੇ ਚੂੜੇ ਚ ਮਾਰਾਂ ਨੂੰ ਇਕੱਠਿਆਂ ਨੂੰ ਕੱਢਦੇ ਆ ਆ ਗਏ ਚੂੜੇ ਚ ਮਾਰ ਕਾਰਨ ਇਹਦਾ ਬਹੁਤ ਵੱਡਾ ਮੈਂ ਦੱਸ ਰਿਹਾ ਤੈਨੂੰ ਇਹ ਜਿਹੜੀ ਤੂੰ ਮੋਚੀ ਦੀ ਗੱਲ ਕਰ ਬੈਠਾ ਨਾ ਬਹੁਤ ਲੋਕ ਢਾਡੇ ਨੇ ਜੇ ਪਿਆਰ ਕਰਦੇ ਆ ਨਾ ਤੇ ਨਫ਼ਰਤ ਵੀ ਉਨੀ ਕਰਦੇ ਆ ਹਾਂ ਜਿੱਥੇ ਪਿਆਰ ਆ ਉਥੇ ਨਫ਼ਰਤ ਵੀ ਆ ਜਿੱਥੇ ਹੰਕਾਰ ਆ ਉਥੇ ਅਣਖ ਵੀ ਆ ਯਾਦ ਰੱਖੀ ਐਦਾਂ ਦੇ ਲੋਕ ਨੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਕੋਸ਼ਿਸ਼ ਕਰਿਓ ਜੇ ਤੁਸੀਂ ਭਾਈ ਸਾਹਿਬ ਜਦੋਂ ਬੋਲਦੇ ਹੁੰਦੇ ਆ ਭਾਈ ਰਣਜੀਤ ਸਿੰਘ ਜੀ ਜਾ ਕੇ ਕਮੈਂਟਾਂ ਦੇ ਵਿੱਚ ਸਵਾਲ ਪੁੱਛੋ ਭਾਈ ਰਣਜੀਤ ਸਿੰਘ ਜੀ ਤੁਸੀਂ ਮੋਚੀ ਨੂੰ ਤਾਂ ਨਾਈ ਨੂੰ ਟਾਰਗੇਟ ਕੀਤਾ ਸੀ ਕੀ ਗੱਲ ਉਹਨਾਂ ਤੋਂ ਗਲਤੀ ਹੋ ਗਈ ਸੀ ਮੋਚੀਆਂ ਤੋਂ ਕੋਈ ਨਾਈਆਂ ਤੋਂ ਗਲਤੀ ਹੋ ਗਈ ਸੀ ਤੁਸੀਂ ਉਹਨਾਂ ਨੂੰ ਧੰਦਾ ਕਰਨ ਵਾਲੇ ਕਹਿੰਦਾ ਪੁੱਛਿਓ ਜ਼ਰੂਰ ਮੇਰਾ ਤੁਹਾਨੂੰ ਸਵਾਲ ਆ ਸਾਰਿਆਂ ਨੂੰ ਜੇ ਨਾ ਤੁਸੀਂ ਪੁੱਛੂਗੇ ਤੇ ਭਾਈ ਸਾਹਿਬ ਨੇ ਹੋਰ ਕੋਈ ਨਾ ਕੋਈ ਕਲਿੱਪ ਪਾਉਣਾ ਆ ਤੇ ਆਪਾਂ ਉਹ ਤੇ ਜ਼ਰੂਰ ਵਿਆਖਿਆ ਕਰਾਂਗੇ ਜੇ ਭਾਈ ਰਣਜੀਤ ਸਿੰਘ ਜੀ ਤੁਹਾਨੂੰ ਇਦਾਂ ਲੱਗੇ ਵੀ ਮੈਂ ਗਲਤ ਕਹਿ ਰਿਹਾ ਆ ਜਿੱਥੇ ਦਿਲ ਕਰਦਾ ਆ ਜਦੋਂ ਦਿਲ ਕਰਦਾ ਆ ਲਾਈਵ ਹੋ ਜਾਓ ਚੈਨਲ ਤੁਹਾਡੇ ਕੋ ਵੀ ਹੈਗਾ ਮੇਰੇ ਕੋ ਵੀ ਹੈਗਾ ਜਿਹੜੇ ਦਿਲ ਕਰੇ ਉਹ ਤੇ ਲਾਈਵ ਹੋ ਜਾਓ ਆ ਜਾਓ ਨਾਲੇ ਪਤਾ ਲੱਗ ਜਾਊਗਾ ਇਹ ਤੁਹਾਨੂੰ ਦੱਸੂਗਾ ਵੀ ਤੁੰਡਾ ਕੌਣ ਕਰਦਾ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੱਸੂਗਾ ਇੱਕ ਬਾਹਰ ਨਹੀਂ ਜਾਣਾ ਆਪਾਂ ਕਿਤੇ ਵੀ ਨਾ 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 ਬੇਦਖਵਾੜਨਾ ਕਿਸੇ ਨਾ ਕਿਸੇ ਕਿਤਾਬ ਚ ਬੜਨਾ ਨਾ ਕਿਸੇ ਦੂਸਰੇ ਗ੍ਰੰਥ ਚ ਬੜਨਾ ਨਾ ਅੰਦਰੋਂ ਗੱਲ ਕਰਨੀ ਆ ਅੰਦਰੋਂ ਇੱਕ ਵੀ ਗੱਲ ਪੈਂਤੀਆਂ ਅੱਖਾਂ ਤੋਂ ਬਾਹਰ ਨਹੀਂ ਜਾਣੀ ਯਾਦ ਰੱਖੀ ਬਾਬਾ ਨਖਰੀ ਕਬੀਰ ਸਾਹਿਬ ਦੀ ਜਿਹੜੀ ਲਿਖੀ ਹੋਈ ਹੈ ਨਾ ਕਬੀਰ ਸਾਹਿਬ ਤੋਂ ਮੈਂ ਸਮਝਿਆ ਹੋਇਆ ਆ ਕਿ ਨਾਲ 17 ਕਦਾ ਲੱਗੇ ਨੇ ਆ ਰਹੀ ਸਾਹਮਣੇ ਨਹੀਂ ਆ ਰਹੀ ਯਾਦ ਰੱਖੀ ਠੀਕ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਕੋਈ ਵੀ ਗੱਲਬਾਤ ਅੱਗੇ ਪਿਛੇ ਮਾਫ ਕਰਿਓ ਬਾਣੀ ਮੇਰਾ ਫਰਜ਼ ਜਿਹੜਾ ਮੈਂ ਕਰ ਰਿਹਾ ਜੇ ਕਿਸੇ ਨੂੰ ਕਿਸੇ ਨੂੰ ਵੀ ਪ੍ਰੋਬਲਮ ਹੁੰਦੀ ਹੋਵੇ ਜਦੋਂ ਮਰਜੀ ਬੈ ਕੇ ਵਿਚਾਰ ਕਰ ਲਓ ਮੈਂ ਹਰ ਟਾਈਮ ਰੈਡੀ ਹਾਂ ਸਿਰਫ 15 20 ਮਿੰਟ ਪਹਿਲਾਂ ਦੱਸ ਦਿਓ ਭਾਈ ਸਾਹਿਬ ਤੁਹਾਡੇ ਨਾਲ ਵਿਚਾਰ ਕਰਨੇ ਆ ਕਰਿਓ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇੱਕ ਵੀ ਅੱਖਰ ਬਾਹਰ ਨਹੀਂ ਲੈਣਾ ਨਾ ਅੰਦਰ ਲੈਂਡ ਦੇਣਾ ਮੈਂ ਨਾਮ ਹੈ ਲੈਣਾ ਵਿੱਚੋਂ ਅਰਥ ਕਰਨੇ ਆ ਹਾਂ ਜੇ ਹੋਇਆ ਇਹ ਨਾ ਹੁਣ ਤੁਸੀਂ ਬਾਹਰ ਭੱਜ ਜਾਓ ਮੈਂ ਭੱਜਣ ਨਹੀਂ ਦੇਣੇ ਨਾ ਨਾ ਕੁਰਸੀ ਤੇ ਬਿਠਾ ਕੇ ਗੱਲ ਕਰੂੰਗਾ ਤੁਹਾਡੇ ਨਾਲ ਥੱਲੇ ਬੈਠੂੰਗਾ ਮੈਂ ਮੈਂ ਬੈਠੂੰਗਾ ਥੱਲੇ ਤੁਹਾਨੂੰ ਬਿਠਾਉਂਗਾ ਕੁਰਸੀ ਤੇ ਕਿਉਂਕਿ ਤੁਹਾਡੀ ਐਜੂਕੇਸ਼ਨ ਮੇਰੇ ਨਾਲੋਂ ਬਹੁਤ ਉੱਪਰ ਆ ਤੁਹਾਡੀਆਂ ਪੀ ਐਚ ਡੀਆਂ ਕੀਤੀਆਂ ਹੋਈਆਂ ਬਹੁਤ ਉੱਪਰ ਆ ਤੁਹਾਡੇ ਮਗਰ ਬਹੁਤ ਜਨਤਾ ਆ ਬਹੁਤ ਸੰਗਤ ਆ ਮੇਰੀ ਔਕਾਤ ਨਹੀਂ ਜਿੰਨੀ ਸੰਗਤ ਤੁਹਾਡੇ ਮਗਰ ਆ ਮੈਂ ਨਹੀਂ ਉਨੀ ਨਹੀਂ ਮੇਰੇ ਮਗਰ ਤੁਹਾਡੇ ਮਗਰ ਬਹੁਤ ਜ਼ਿਆਦਾ ਸੰਗਤ ਆ ਤੁਹਾਨੂੰ ਕੁਰਸੀ ਤੇ ਬਿਠਾਉਂਗਾ ਤੁਹਾਡਾ ਜਿਹੜਾ ਹੱਕ ਮੰਨਦਾ ਜਿਹੜਾ ਤੁਹਾਡਾ ਅਹੁਦਾ ਮੰਨਦਾ ਮੈਂ ਤੁਹਾਡੇ ਵਰਗਾ ਨਹੀਂ ਹੈਗਾ ਇਹ ਗਰੀਬ ਦਾ ਹੱਕ ਮਾਰਨਾ ਮੈਂ ਤੁਹਾਡੇ ਵਰਗਾ ਨਹੀਂ ਮੈਂ ਤੁਹਾਨੂੰ ਬਿਠਾਉਂਗਾ ਕੁਰਸੀ ਤੇ মিডিਆ ਦੇ ਸਾਹਮਣੇ ਤਾਂ ਮੈਂ ਬੈਠੂੰਗਾ ਥੱਲੇ ਕਿਉਂਕਿ ਮੇਰੀ ਔਕਾਤ ਥੱਲੇ ਬੈਠਣ ਦੀ ਆ ਮੈਂ ਕਰੂੰਗਾ ਤੁਹਾਨੂੰ ਸਵਾਲ ਅਗਰ ਤੁਸੀਂ ਇੱਕ ਅਖਰ ਵੀ ਬਾਹਰੋਂ ਭੱਜੇ ਫਲਾਨੀ ਜਗ੍ਹਾ ਤੋਂ ਫੜ ਲਈਏ ਫਲਾਨ ਭੱਜਣ ਨਹੀਂ ਦੇਣੇ ਮੈਂ ਜੇ ਤੁਸੀਂ ਕੁਦਰਤ ਤੋਂ ਬਾਹਰ ਗਏ ਕੁਦਰਤ ਦੇ ਕਾਨੂੰਨ ਤੋਂ ਬਾਹਰ ਗਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਾਹਰ ਗਏ ਪੰਤੀਆਂ ਅਖਰੋਂ ਤੋਂ ਬਾਹਰ ਗਏ ਤਾਂ ਉਸੇ ਕੁਰਸੀ ਦੀ ਲੱਤ ਵੀ ਤੋੜੂੰਗਾ ਮੈਂ ਹਿੱਲਾ ਨਹੀਂ ਦੇਣੇ ਮੈਂ ਉੱਥੇ ਬਿਠਾ ਕੇ ਗੱਲ ਕਰੂੰਗਾ ਤੁਹਾਡੇ ਨਾਲ ਜੋਦੋਂ ਨਾਲ ਕਰਦਾ ਟਾਈਮ ਰੱਖ ਲਓ ਜੇ ਨਹੀਂ ਤਾਂ ਬੰਦਿਆਂ ਵਾਂਗੂ ਜੋ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਹੋਇਆ ਉਹ ਗੱਲ ਕਰਨੀ ਸ਼ੁਰੂ ਕਰ ਦਿਓ ਨਹੀਂ ਤਾਂ ਫਿਰ ਜਵਾਬ ਤਾਂ ਮਿਲਣੇ ਆ ਭਾਈ ਰਣਜੀਤ ਸਿੰਘ ਜੀ ਜਾਨ ਨਹੀਂ ਛੁੱਟਣੀ ਸੂਰਾ ਸੋ ਪਹਿਚਾਨੀਏ ਸੂਰਾ ਸੋ ਪਹਿਚਾਨੀਆਂ ਜੋ ਲਰੇ ਦੀਨ ਕੇ ਹੈ ਤਾਂ ਪਰਜਾ ਪਰਜਾ ਕੱਟ ਮਰੇ ਕਬੂਨਾ ਛਾਡੂ ਖੇਤ ਛੱਡ ਕੇ ਭੱਜਣ ਵਾਲਿਆਂ ਚੋਂ ਨਹੀਂ ਅਸੀਂ ਸਾਹਮਣੇ ਤੇਰੇ ਵਿਚਾਰਾਂ ਦੀ ਲੜਾਈ ਲੜਾਂਗੇ ਤੇਰੇ ਨਾਲ ਲੜਦੇ ਰਵਾਂਗੇ ਕੋਈ ਬੰਦਾ ਬੰਦਿਆਂ ਵਾਂਗੂ ਟਿਕਾਣੇ ਆ ਗਏ ਆ ਪੁਜਾਰੀ ਬਾਦ ਛੱਡ ਦਿੱਤਾ ਮਨਜ਼ੂਰ ਕਰ ਲਵਾਂਗੇ ਜੇ ਨਾ ਛੱਡਿਆ ਤੇ ਬੋਲਦੇ ਰਹਿਣਾ ਸੀ ਪਾਣੀ ਚ ਸਾਰੇ ਪੁਜਾਰੀ ਬਾਦ ਨੂੰ ਆ ਨੂੰ ਬ੍ਰਾਹਮਣ ਦੀ ਤਰ੍ਹਾਂ ਠੋਕਿਆ ਹੋਇਆ ਠੀਕ ਹੈ ਜੀ ਸ਼ਿਆ ਗੁਰੂਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਤੁਹਾਡਾ ਸਾਰਿਆਂ ਜਿੰਨੇ ਵੀ ਤੁਸੀਂ ਜੁੜੇ ਰਹੇ ਹੋ ਹੁਣ ਤੱਕ ਆਪਣੀ ਡਿਊਟੀ ਪੂਰੀਆ ਕਰਿਆ ਕਰਿਓ ਮੈਂ ਜੇ ਡਿਊਟੀ ਪੂਰੀ ਕਰਦਾ ਨਾ ਆਪਣੀ ਡਿਊਟੀ ਪੂਰੀ ਕਰੋ ਤੁਹਾਡੀ ਡਿਊਟੀ ਕੀ ਬਣਦੀ ਆ ਜੇ ਤੁਸੀਂ ਆਪਣੀ ਡਿਊਟੀ ਨਾ ਪੂਰੀ ਕੀਤੀ ਡਿਊਟੀ ਮੀਨਿੰਗ ਜ਼ਿੰਮੇਵਾਰੀ ਕਿ ਤੁਹਾਡੇ ਗੁਰੂ ਦੀ ਗੱਲ ਸਿਰਫ ਇਸ ਬੰਦੇ ਨੇ ਇਹਨੂੰ ਨਾਈ ਦਿਸਿਆ ਤਾਂ ਚਮਾਰ ਦਿਸਿਆ ਮੋਚੀ ਨਾਈ ਤੇ ਚਮਾਰ ਦਿਸਿਆ ਇਹਨੂੰ ਬਸ ਹੋਰ ਨਹੀਂ ਕੋਈ ਦਿਸਿਆ ਇਹਨੂੰ ਨਾ 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 ਇਹ ਕਹਿੰਦਾ ਹੋਣਾ ਆ ਮੇਰੇ ਨਾਲੋਂ ਨਾਈ ਵੀ ਟੁੱਟ ਜਵੇ ਤਾਂ ਮੇਰੇ ਨਾਲੋਂ ਚਮਾਰ ਵੀ ਟੁੱਟ ਜਵੇ ਆਪਾਂ ਕੀ ਲੈਣਾ ਨਾ ਤੋ ਇਹ ਤਾਂ ਪਸਾਦ ਦਾ ਘਰ ਆ ਪਸਾਦ ਦਾ ਘਰ ਨਹੀਂ ਅਸੀਂ ਤੇਰੀਆਂ ਤੇਰੀਆਂ ਸਾਰੀਆਂ ਨੀਤੀਆਂ ਨੂੰ ਸਮਝਦੇ ਆ ਭਾਈ ਰਣਜੀਤ ਸਿੰਘ ਜੀ ਬਹੁਤ ਚਿਰ ਤੋਂ ਸੁਣਦਾ ਮੈਂ ਤੁਹਾਨੂੰ ਬਹੁਤ ਚਿਰ ਤੋਂ ਤਾਂ ਮੈਂ ਤੁਹਾਡੇ ਵੀਡੀਓ ਤੇ ਕਮੈਂਟ ਵੀ ਕਰਦਾ ਰਿਹਾ ਪਰ ਹੁਣ ਮੈਂ ਬਿਲਕੁਲ ਤੇਰੀ ਜਿਹੜੀ ਅਵਸਥਾ ਆ ਮੈਂ ਸਮਝ ਚੁੱਕਾ ਆ ਕੀ ਕੀ ਆ ਤੂੰ ਕਰਨਾ ਕੀ ਚਾਹੁੰਦਾ ਤੇਰਾ ਮਕਸਦ ਕੀ ਆ ਠੀਕ ਆ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜੈ ਗੁਰਦੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਵੀ ਗੱਲਬਾਤ ਭਾਈ ਰਣਜੀਤ ਸਿੰਘ ਜੀ ਤਿੱਖੀ ਲੱਗੀ ਹੋਵੇ ਗੁਰੂ ਨੇ ਡਾਂਟਿਆ ਤੁਹਾਨੂੰ ਮੈਂ ਨਹੀਂ ਡਾਂਟਿਆ ਮੈਂ ਹਰ ਟਾਈਮ ਉਸ ਗੁਰੂ ਨਾਲ ਜੁੜਿਆ ਰਹਿਣਾ ਜਿਹੜਾ ਗੁਰੂ ਪੁਜਾਰੀ ਨੂੰ ਨੱਥ ਪਾਉਂਦਾ ਠੀਕ ਹੈ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਜੈ ਗੁਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ